ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਜੇ ਕੁਝ ਸਮਾਂ ਬਾਕੀ ਹੈ ਤੇ ਸੂਬਾ ਸਰਕਾਰ ਵੱਲੋਂ ਹਰ ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਦਿੱਤੇ ਗਏ ਨੇ ਤਾਂ ਜੋ ਲੋਕਾਂ ਨੂੰ ਹਰ ਸਹੂਲਤ ਮਿਲ ਸਕੇ ਜਿਸ ਦੇ ਤਹਿਤ ਨਾਭਾ ਵਿਖੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਤੇ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਗੁਰਸੇਵਕ ਸਿੰਘ ਗੋਲੂ ਵੱਲੋਂ ਸ਼ਹਿਰ ਦੇ ਵੱਖ ਵੱਖ ਥਾਵਾਂ ਤੇ 70 ਲੱਖ ਦੇ ਕਰੀਬ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ। ਇਸ ਮੌਕੇ ਤੇ ਹਲਕਾ ਇੰਚਾਰਜ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਨੇ ਕਿ ਉਹਨਾਂ ਦੇ ਸ਼ਹਿਰ ਦੇ ਲਈ ਕਰੋੜਾਂ ਰੁਪਏ ਦਿੱਤੇ ਗਏ ਨੇ। ਅੱਜ ਤਕਰੀਬਨ 7 ਜਿਹੜੇ ਹੈਗੇ ਆ ਨੀਂਹ ਪੱਥਰ ਰੱਖੇ ਹੈਗੇ ਨੇ ਵੱਖਰੇ ਵੱਖਰੇ ਏਰੀਏ ਦੇ ਵਿਚ ਜਾ ਕੇ। ਸੋ ਤਕਰੀਬਨ 75 ਲੱਖ ਰੁਪਏ ਦੇ ਜਿਹੜੇ ਕੰਮ ਨੇ ਅੱਜ ਅਸੀਂ ਉਹਨਾਂ ਦੇ ਨੀਂਹ ਪੱਥਰ ਰੱਖੇ ਹੈਗੇ ਨੇ। ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰ ਪ੍ਰਕਾਸ਼ ਸਿੰਘ ਬਾਦਲ ਜੀ ਦਾ, ਸਰ ਸੁਖਬੀਰ ਸਿੰਘ ਬਾਦਲ ਜੀ ਦਾ ਅਤੇ ਸਰਕਾਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਇਹ ਤਹੱਈਆ ਕੀਤਾ ਹੋਇਆ ਕਿ ਹਰ ਵਿਕਾਸ ਅਸੀਂ ਜਿਹੜਾ ਹੈਗਾ ਉਹਨੂੰ ਤੇਜ਼ੀ ਨਾਲ ਕਰਨਾ ਹੈਗਾ। ਮੈਂ ਇਹ ਗੱਲ ਕਹਿ ਸਕਦਾ ਕਿ ਸ਼ਹਿਰਾਂ ਦੇ ਵਿਕਾਸ ਲਈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਵੱਡੀਆਂ ਫੰਡਾਂ ਰਿਲੀਜ਼ ਕੀਤੀਆਂ ਹੈਗੀਆਂ ਨੇ, ਜਿਸ ਤਰ੍ਹਾਂ 23 ਕਰੋੜ ਰੁਪਇਆ ਸਾਡੇ ਕੋਲ ਸੀਵਰੇਜ ਜਾਂ ਟ੍ਰੀਟਮੈਂਟ ਪਲਾਂਟ ਦਾ ਆ ਰਿਹਾ। ਸੋ ਇਸ ਤਰ੍ਹਾਂ ਹੀ ਅਸੀਂ 8 ਕਰੋੜ ਰੁਪਇਆ ਤਕਰੀਬਨ ਸੜਕਾਂ ਤੇ ਗਲੀਆਂ ਨਾਲੀਆਂ ਤੇ ਸ਼ਹਿਰ ਦੇ ਵਿਚ ਲਗਾ ਰਹੇ ਹਾਂ। ਸੋ ਇਹਦੇ ਨਾਲ ਸਾਡੇ ਸ਼ਹਿਰ ਦਾ ਜਿਹੜਾ ਨਕਸ਼ਾ ਹੈ ਉਹ ਬਦਲ ਜਾਏਗਾ, ਕਿਉਂਕਿ ਆਹ ਜਿੱਥੇ ਹੁਣ ਆਪਾਂ ਬੈਠੇ ਹਾਂ ਇੱਥੇ ਨਾਲਾ ਸੀਗਾ ਓਪਨ ਨਾਲਾ, ਸ਼ਹਿਰਾਂ ਦੇ ਵਿਚ ਜਿਹੜੇ ਓਪਨ ਨਾਲੇ ਨੇ ਇਹਦੇ ਨਾਲ ਬੜਾ ਵੱਡਾ ਨੁਕਸਾਨ ਹੁੰਦਾ ਕਿਉਂਕਿ ਉਹਦੇ ਵਿਚ ਗੰਦਗੀ ਵੀ ਫੈਲਦੀ ਹੈ ਤੇ ਉਹਦੇ ਵਿਚ ਕੋਈ ਨਾ ਕੋਈ ਲੇਖੇ ਭੁਲੇਖੇ ਨਾਲ ਸਕੂਟਰ ਮੋਟਰਸਾਈਕਲ ਵੀ ਡਿੱਗ ਜਾਂਦਾ, ਕੋਈ ਬੰਦਾ ਡਿੱਗ ਜਾਂਦਾ, ਕੋਈ ਜਾਨਵਰ ਡਿੱਗ ਜਾਂਦਾ ਤੇ ਉਹਦੇ ਨਾਲ ਕਾਫੀ ਦਿੱਕਤ ਜਿਹੜੀ ਹੈਗੀ ਆ ਲੋਕਾਂ ਨੂੰ ਹੋ ਰਹੀ ਸੀਗੀ। ਨਾਭਾ ਤੋਂ ਜਾਟ ਟੀਵੀ ਨਿਊਜ਼ ਦੇ ਲਈ ਰਾਹੁਲ ਖੁਰਾਣਾ ਦੀ